ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀਆਂ ਨੂੰ ਲੈ ਕੇ ਵਿਸਾਖੀ ਦੇ ਦਿਨ ਕਿਹਾ ਜਾ ਰਿਹਾ ਸੀ ਕਿ ਲੋਕ ਸਭਾ ਦੀ ਜਿਹੜੀ ਸਾਡੀ ਉਮੀਦਵਾਰਾਂ ਦੀ ਲਿਸਟ ਹੈ ਉਹ ਲਿਸਟ ਜਾਰੀ ਹੋ ਜੂਗੀ ਵਿਸਾਖੀ ਤੱਕ। ਪਰ ਦੂਜੇ ਪਾਸੇ ਜਿਹੜੀ ਬਠਿੰਡਾ ਹੌਟ ਸੀਟ ਹੈ ਪੰਜਾਬ ਦੀ, ਜਿਹਦੇ ਤੋਂ ਪੰਜਾਬ ਦੇ ਸਾਬਕਾ ਡਿਪਟੀ ਸੀ ਐਮ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਆਫ ਪਾਰਲੀਮੈਂਟ ਨੇ, ਉਸ ਸੀਟ ਦੇ ਉੱਪਰ ਹੁਣ ਜਿਹੜਾ ਮੁਕਾਬਲਾ ਉਹ ਦਿਲਚਸਪ ਹੋਣ ਵਾਲਾ। ਦਿਲਚਸਪ ਇਸ ਕਰਕੇ ਕਿਉਂਕਿ ਪਰਮਪਾਲ ਕੌਰ ਸਿੱਧੂ ਪੰਜਾਬ ਦੇ ਸਾਬਕਾ IAS ਆਫਿਸਰ ਅਤੇ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਅਤੇ ਸਿਕੰਦਰ ਸਿੰਘ ਮਲੂਕਾ ਦੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਦੀ ਵਾਈਫ ਦੀ ਜਿਹੜੀ ਲੋਕ ਸਭਾ ਦੀ ਟਿਕਟ ਹੈ ਬਠਿੰਡਾ ਸੀਟ ਤੋਂ, ਉਹ ਟਿਕਟ BJP ਵੱਲੋਂ ਫਾਈਨਲ ਕਰਤੀ ਗਈ ਹੈ। 1-2 ਦਿਨ ਦੇ ਵਿੱਚ ਉਸ ਸੀਟ ਦੀ ਅਨਾਊਂਸਮੈਂਟ ਹੋ ਜੂਗੀ BJP ਵੱਲੋਂ ਆਫਿਸ਼ੀਅਲ ਤੌਰ ਦੇ ਉੱਪਰ। ਅਤੇ ਹੁਣ ਬਠਿੰਡਾ ਸੀਟ ਤੋਂ ਬੀਬਾ ਹਰਸਿਮਰਤ ਕੌਰ ਦੇ ਮੁਕਾਬਲੇ ਭਾਜਪਾ ਵੱਲੋਂ ਪਰਮਪਾਲ ਕੌਰ ਸਿੱਧੂ ਜਿਹੜੇ ਹੈਗੇ ਨੇ ਉਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਦੋਸਤੋ ਬਣਾਇਆ ਗਿਆ। ਬੜਾ ਇੱਕ ਔਖਾ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਹੁਣ ਇਹ ਸੀਟ ਵਕਾਰ ਦਾ ਸਵਾਲ ਬਣ ਗਈ। ਸਵਾਲ ਤਾਂ ਵਕਾਰ ਦਾ ਪਹਿਲਾਂ ਵੀ ਸੀ, ਪਰ ਸ਼੍ਰੋਮਣੀ ਅਕਾਲੀ ਦਲ ਦੇ ਬਿਲਕੁਲ ਇੱਕ ਨੇੜੇ ਦਾ ਪਰਿਵਾਰ ਮਲੂਕਾ ਪਰਿਵਾਰ, ਸਿਕੰਦਰ ਸਿੰਘ ਮਲੂਕਾ ਜਿਹੜੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਵੀ ਰਹੇ, ਸ਼੍ਰੋਮਣੀ ਅਕਾਲੀ ਦਲ ਦੀ ਬਾਂਹ ਸਮਝੇ ਜਾਣ ਵਾਲੇ ਮਲੂਕਾ ਦਾ ਪੁੱਤਰ ਅਤੇ ਨੂੰਹ ਰਾਣੀ ਉਹਨਾਂ ਦੀ BJP ਪਾਰਟੀ ਉਹ ਜੁਆਇਨ ਕਰ ਗਏ ਸੀ। ਦੋ ਪਰਮਪਾਲ ਕੌਰ ਦੇ BJP ਦੇ ਵਿੱਚ ਜਾਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਦੋਸਤੋ। ਹਾਲਾਂਕਿ ਬੀਤੇ ਦਿਨੀ ਪਰਮਪਾਲ ਕੌਰ ਨੇ ਮੀਡੀਆ ਨੂੰ ਸੰਬੋਧਨ ਹੁੰਦੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੂਰੀ ਬਣਾ ਲਈ ਸੀ ਲੋਕਾਂ ਤੋਂ ਮੂੰਹ ਮੋੜ ਲਿਆ ਸੀ, ਲੋਕਾਂ ਤੋਂ ਪਾਸਾ ਵੱਟ ਲਿਆ ਸੀ ਬੀਬਾ ਹਰਸਿਮਰਤ ਕੌਰ ਬਾਦਲ ਨੇ। ਅਤੇ ਉਸੇ ਚੀਜ਼ ਕਰਕੇ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਜਿਹੜੇ ਬਠਿੰਡੇ ਹਲਕੇ ਦੇ ਵੋਟਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਨੇ। ਅਤੇ ਪਰਮਪਾਲ ਕੌਰ ਜੀ ਨੇ ਤਮਾਮ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕੀਤੀਆਂ ਕਿ ਸਾਡੇ ਪਰਿਵਾਰ ਨੂੰ ਅਣਗੌਲਿਆਂ ਕੀਤਾ ਗਿਆ, ਗੁਰਪ੍ਰੀਤ ਸਿੰਘ ਮਲੂਕਾ ਨੂੰ ਅਣਗੌਲਿਆਂ ਕੀਤਾ ਗਿਆ, ਜਿਸ ਕਰਕੇ ਸਾਨੂੰ ਇਹ ਫੈਸਲਾ ਲੈਣਾ ਪਿਆ, ਅਖੀਰ ਦੇ ਵਿੱਚ ਸਾਨੂੰ ਭਾਜਪਾ ਦੇ ਵਿੱਚ ਜਾਣਾ ਪਿਆ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀ ਤਾਕਤ ਝੋਕਦਿਆਂ ਬਠਿੰਡਾ ਦੇ ਵਿੱਚ ਜਿਹੜੀ ਜੋੜ ਤੋੜ ਦੀ ਰਾਜਨੀਤੀ ਆ ਉਹ ਰਾਜਨੀਤੀ ਸ਼ੁਰੂ ਕਰਤੀ, ਕਿਉਂਕਿ ਵਕਾਰ ਦਾ ਸਵਾਲ, ਜਿਵੇਂ ਮੈਂ ਕਿਹਾ ਕਿ ਵਕਾਰ ਦਾ ਸਵਾਲ ਬਣ ਗਈ ਬਠਿੰਡਾ ਸੀਟ। ਹੁਣ ਬਠਿੰਡਾ ਪੰਜਾਬ ਦੀ ਹੌਟ ਸੀਟ ਰਹੂਗੀ, ਤਮਾਮ ਤਰ੍ਹਾਂ ਦੀ ਜਿਹੜੀ ਲੋਕਾਂ ਦੀ ਨਗ੍ਹਾ ਉਹ ਬਠਿੰਡਾ ਸੀਟ ਵੱਲ ਰਹਿਣੀ ਹੈ। ਤਾਂ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਇਸ ਸੀਟ ਦੇ ਉੱਪਰ ਕਿ ਰਾਜਾ ਵੜਿੰਗ ਦੇ ਜਿਹੜੇ ਧਰਮ ਪਤਨੀ ਹੈਗੇ ਨੇ ਅੰਮ੍ਰਿਤ ਕੌਰ ਵੜਿੰਗ, ਅੰਮ੍ਰਿਤਾ ਵੜਿੰਗ, ਕੀ ਉਹ ਕਾਂਗਰਸ ਵੱਲੋਂ ਉਮੀਦਵਾਰ ਉੱਥੋਂ ਹੋ ਸਕਦੇ ਨੇ? ਜੇਕਰ ਅੰਮ੍ਰਿਤਾ ਕੌਰ ਵੜਿੰਗ ਨੂੰ ਕਾਂਗਰਸ ਪਾਰਟੀ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨਦੀ ਹੈ ਤਾਂ ਪੰਜਾਬ ਦੀਆਂ ਨਗਾਹਾਂ ਇਸ ਸੀਟਾਂ ਵੱਲ ਹੋਣਗੀਆਂ, ਕਿਉਂਕਿ ਇਸ ਸੀਟ 'ਤੇ ਪੰਜਾਬ ਦੀਆਂ 3 ਦਿੱਗਜ ਬੀਬੀਆਂ ਨੇ ਚੋਣ ਲੜਨੀਆਂ, ਹਰਸਿਮਰਤ ਕੌਰ ਬਾਦਲ, ਪਰਮਪਾਲ ਕੌਰ ਸਿੱਧੂ ਅਤੇ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਧਰਮ ਪਤਨੀ ਅੰਮ੍ਰਿਤਾ ਕੌਰ ਵੜਿੰਗ। ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਦੋਸਤੋ ਮੁਸ਼ਕਲਾਂ ਭਰਿਆ ਇਹ ਹੁਣ ਸਫ਼ਰ ਹੈ, ਕਿਉਂਕਿ ਤੁਸੀਂ ਦੇਖੋ ਕਿ ਪਿਛਲੇ ਦਿਨੀ ਕੀ ਹੋਇਆ, ਸਿਕੰਦਰ ਸਿੰਘ ਮਲੂਕਾ ਜਿਹੜੇ ਹਲਕਾ ਇੰਚਾਰਜ ਸੀ ਉਹਨਾਂ ਨੂੰ ਹਟਾ ਕੇ ਜਨਮੇਜਾ ਸਿੰਘ ਸਿੱਖੋਂ ਨੂੰ ਲਾਤਾ ਗਿਆ। ਸਿੱਖੋਂ ਜਨਮੇਜਾ ਸਿੰਘ ਸਿੱਖੋਂ ਵੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਅਤੇ ਇੱਕ ਅਸਰ ਰਸੂਖ ਵਾਲੇ ਲੀਡਰ ਉਹ ਸਮਝੇ ਜਾਂਦੇ ਨੇ। ਸਿਕੰਦਰ ਸਿੰਘ ਮਲੂਕਾ ਕੀ BJP 'ਚ ਜਾ ਸਕਦੇ ਨੇ?
ਇਹ ਵੀ ਇੱਕ ਸਵਾਲ ਹੈ। ਹਾਲਾਂਕਿ ਮੀਡੀਆ ਵੱਲੋਂ ਜਦੋਂ ਸਿਕੰਦਰ ਸਿੰਘ ਮਲੂਕਾ ਨੂੰ ਪੁੱਛਿਆ ਗਿਆ ਕਿ ਸਿਕੰਦਰ ਸਿੰਘ ਮਲੂਕਾ ਕੀ ਬੀਜੇਪੀ ਦੇ ਵਿੱਚ ਜਾਣਗੇ, ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਜਾਊਂਗਾ ਉਦੋਂ ਤੁਸੀਂ ਸਵਾਲ ਕਰਿਓ। ਯਾਨੀ ਕਿ ਕੰਡੈਮ ਉਹਨਾਂ ਨੇ ਵੀ ਇਸ ਗੱਲ ਨੂੰ ਨਹੀਂ ਬਿਲਕੁਲ ਇਸ ਗੱਲ ਨੂੰ ਕੰਡੈਮ ਕੀਤਾ ਕਿ ਮੈਂ ਬੀਜੇਪੀ 'ਚ ਨਹੀਂ ਜਾ ਰਿਹਾ। ਤਾਂ ਦੂਜੇ ਪਾਸੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਸਵਾਲ ਮਲੂਕਾ ਸਾਹਿਬ ਨੂੰ ਬਣਦਾ ਕਿ ਉਹ ਹਰਸਿਮਰਤ ਕੌਰ ਬਾਦਲ ਦੀ ਮਦਦ ਕਰਨਗੇ ਜਾਂ ਫਿਰ ਆਪਣੀ ਨੂੰ ਪਰਮਪਾਲ ਕੌਰ ਸਿੱਧੂ ਦੇ ਲਈ ਉਹ ਬੀਜੇਪੀ ਦਾ ਪ੍ਰਚਾਰ ਕਰਨਗੇ। ਜੇਕਰ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿੰਦਿਆਂ ਬੀਜੇਪੀ ਦਾ ਪ੍ਰਚਾਰ ਕਰਦੇ ਨੇ ਤਾਂ ਕੀ ਪਾਰਟੀ ਸਿਕੰਦਰ ਸਿੰਘ ਮਲੂਕਾ ਨੂੰ ਬਾਹਰ ਦਾ ਰਿਹਾ ਦਿਖਾ ਸਕਦੀ ਹੈ, ਪਾਰਟੀ 'ਚੋਂ ਬਾਹਰ ਕੱਢ ਸਕਦੀ ਹੈ? ਇਹ ਸਾਰੀਆਂ ਗੱਲਾਂ ਦਾ ਜਿਹੜਾ ਹੈਗਾ ਦੋਸਤੋ ਉਹ ਸਾਹਮਣਾ ਕਰਨਾ ਪੈਣਾ। ਤਾਂ ਹਰਸਿਮਰਤ ਕੌਰ ਬਾਦਲ 3 ਵਾਰ ਲੋਕ ਸਭਾ ਦੇ ਉਹ ਮੈਂਬਰ ਨੇ, ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਡਾ ਇੱਕ ਅਸਰ ਰਸੂਖ ਬਠਿੰਡੇ ਦੇ ਵਿੱਚ ਰੱਖਦੀ ਹੈ, ਕਿਉਂਕਿ ਬਠਿੰਡਾ ਬਾਦਲ ਪਰਿਵਾਰ ਦਾ ਆਪਣਾ ਜੱਦੀ ਉਹ ਇੱਕ ਜ਼ਿਲ੍ਹਾ ਅਤੇ ਗੜ੍ਹ ਸਮਝ ਜਾਂਦੀ ਹੈ ਜਿਹੜੀ ਬਾਦਲ ਪਰਿਵਾਰ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਹੈ ਕਿ ਉਹ ਤਾਂ ਬਠਿੰਡੇ ਤੋਂ ਚੱਲਦੀ ਹੈ ਜਾਂ ਫਿਰ ਉਹ ਚੰਡੀਗੜ੍ਹ ਤੋਂ ਚੱਲਦੀ ਹੈ। ਤਾਂ ਹੁਣ ਪਰਮਪਾਲ ਕੌਰ ਸਿੱਧੂ ਕਹਿ ਰਹੇ ਨੇ ਕਿ ਅਸੀਂ ਜਿੱਤਾਂਗੇ, ਭਾਜਪਾ ਜਿੱਤੂਗੀ ਲੋਕ ਸਭਾ ਦੀ ਸੀਟ, ਕਿਉਂਕਿ ਅਣਗੌਲਿਆਂ ਕਰਕੇ ਰੱਖਿਆ ਬਠਿੰਡਾ ਹਲਕੇ ਨੂੰ। ਪਰਮਪਾਲ ਕੌਰ ਸਿੱਧੂ ਦੀ ਜਿਹੜੀ ਸੀਟ ਹੈ ਦੋਸਤੋ ਉਹ ਫਾਈਨਲ ਹੋ ਚੁੱਕੀ ਹੈ, ਕਿਸੇ ਵੀ ਸਮੇਂ ਜਿਹੜੀ ਰਸਮੀ ਜਿਹੜਾ ਐਲਾਨ ਹੈ ਉਹ ਐਲਾਨ ਹੋ ਸਕਦਾ।